ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਹਿਸਟਰੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਹਰਗੁਬਿੰਦਪੁਰ ਦੀ ਲੜਾਈ ਬਾਰੇ ਚਰਚਾ ਕਰਾਂਗੇ ਜੋ ਸਿੱਖਾਂ ਦੀ ਦੂਜੀ ਲੜਾਈ ਹੈ ਗੁਰੂ ਹਰਗੁਬਿੰਦ ਸਾਹਿਬ ਜੀ ਸਿਰਫ 18 ਸਾਲ ਦੇ ਸਨ ਜਦੋਂ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਮੁਗਲ ਅਧਿਕਾਰੀਆਂ ਦੁਆਰਾ ਗ੍ਰਿਫਤਾਰ ਕੀਤਾ ਗਿਆ ਤੇ ਸਿਹੇ ਦਿੱਤੇ ਗਏ ਅਤੇ ਸ਼ਹੀਦ ਕਰ ਦਿੱਤਾ ਗਿਆ ਇਸ ਘਟਨਾ ਦਾ ਗੁਰੂ ਹਰਗੁਬਿੰਦ ਸਾਹਿਬ ਜੀ ਉੱਪਰ ਡੂੰਘਾ ਪ੍ਰਭਾਵ ਪਿਆ ਜਿਨ੍ਹਾਂ ਨੇ ਭੇਖ ਦੇ ਹਮਲਿਆਂ ਤੋਂ ਆਪਣੇ ਆਪ ਨੂੰ ਅਤੇ ਆਪਣੇ ਧਰਮ ਦੀ ਰੱਖਿਆ ਕਰ ਲਈ ਸਿੱਖਾਂ ਦੇ ਇੱਕ ਫੋਰਸ ਖਲਾਈ ਦੇਣ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਜਾਹ ਕਰਨ ਦਾ ਇੱਕ ਤਰੀਕਾ ਹਰਗੋਬਿੰਦਪੁਰ ਪਿੰਡ ਦਾ ਪੁਨਰ ਨਿਰਮਾਣ ਅਤੇ ਵਿਸਥਾਰ ਕਰਨਾ ਸੀ ਜੋ ਕਿ ਉਹਨਾਂ ਦੇ ਪਿਤਾ ਦੁਆਰਾ ਬਿਆਸ ਦਰਿਆ ਦੇ ਕੰਢੇ ਵਸਾਇਆ ਗਿਆ ਸੀ ਇਸ ਪਿੰਡ ਦਾ ਨਾਮ ਗੁਰੂ ਅਰਜਨ ਦੇਵ ਜੀ ਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਰੱਖਿਆ ਗਿਆ ਸੀ ਅਤੇ ਸਿੱਖਾਂ ਲਈ ਇਹ ਇੱਕ ਸੁਰਕਤ ਪਨਾਹ ਹੋਣ ਦਾ ਇਰਾਦਾ ਸੀ ਹਾਲਾਂਕਿ ਹਰ ਕੋਈ ਹਰਗੁਬਿੰਦਪੁਰ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯੋਜਨਾ ਤੋਂ ਖੁਸ਼ ਨਹੀਂ ਸੀ ਇੱਕ ਖੱਤਰੀ ਯੋਧੇ ਭਗਵਾਨ ਦਾਸ ਕਿਰੜ ਜਿਨ੍ਹਾਂ ਨੇ ਗੁਰੂ ਜੀ ਦੇ ਜਤਨਾ ਤੇ ਇਤਰਾਜ਼ ਕੀਤਾ ਅਤੇ ਸਿੱਖਾਂ ਨੂੰ ਜ਼ਬਰਦਸਤੀ ਸਾਈਡ ਤੋਂ ਹਟਾਉਣ ਲਈ ਕੁਝ ਤਾੜਵੀਆਂ ਨੂੰ ਨਿਯੁਕਤ ਕੀਤਾ ਇਸ ਝਗੜੇ ਦੌਰਾਨ ਭਗਵਾਨ ਦਾਸ ਨੇ ਗੁਰੂ ਜੀ ਦਾ અપਮਾਨ ਕੀਤਾ ਅਗਲੇ ਅਤੇ ਅਗਲੀ ਝੜਪ ਵਿੱਚ ਉਹ ਮਾਰਿਆ ਗਿਆ ਭਗਵਾਨ ਦਾਸ ਦੀ ਮੌਤ ਦੇ ਜਵਾਬ ਵਿੱਚ ਭਗਵਾਨ ਦੇ ਪੁੱਤਰ ਰਤਨ ਚੰਦ ਨੇ ਜਲੰਧਰ ਤੇ ਮੁਗਲ ਗਵਰਨਰ ਅਬਦੁੱਲਾ ਖਾਨ ਕੋਲ ਪਹੁੰਚ ਕੀਤੀ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਤੇ ਮੁਗਲਾਂ ਤੋਂ ਬਦਲਾ ਲੈਣ ਅਤੇ ਇੱਕ ਫੌਜ ਖੜੀ ਕਰਨ ਲਈ ਹਰਗੋਬਿੰਦ ਪੁਰਵਿਖੇ ਇੱਕ ਕਿਲਾ ਬਣਾਉਣ ਦਾ ਦੋਸ਼ ਲਗਾਇਆ। ਅਬਦੁੱਲਾ ਖਾਨ ਜੋ ਪਹਿਲਾਂ ਹੀ ਸਿੱਖਾਂ ਦੇ ਵੱਧ ਦੇ ਪ੍ਰਭਾਵ ਤੋਂ ਸੁਚੇਤ ਸੀ ਉਸ ਨੂੰ ਗੁਰੂ ਹਰਗੋਬਿੰਦ ਸਾਹਿਬ ਅਤੇ ਉਹਨਾਂ ਦੀਆਂ ਫੌਜਾਂ ਤੋਂ ਹਮਲਾ ਕਰਨ ਦਾ ਇੱਕ ਮੌਕਾ ਮਿਲ ਗਿਆ। ਇਸ ਤਰ੍ਹਾਂ ਹਰਗੋਬਿੰਦਪੁਰ ਦੀ ਲੜਾਈ ਸ਼ੁਰੂ ਹੋ ਗਈ। ਇਹ ਲੜਾਈ ਰੋਹਿਲਾ ਪਿੰਡ ਦੇ ਨੇੜੇ ਹੋਈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਅਤੇ ਉਹਨਾਂ ਦੇ ਯੋਧਿਆਂ ਨੇ ਤੁਰਕੀ ਦੇ ਸਰਦਾਰਾਂ ਅਤੇ ਅਬਦੁੱਲਾ ਖਾਨ ਦੀ ਅਗਵਾਈ ਵਾਲੀ ਮੁਗਲ ਫੌਜ ਦਾ ਸਾਹਮਣਾ ਕੀਤਾ। ਵੱਧ ਗਿਣਤੀ ਹੋਣ ਦੇ ਬਾਵਜੂਦ ਗੁਰੂ ਹਰਗੋਬਿੰਦ ਸਾਹਿਬ ਅਤੇ ਉਹਨਾਂ ਦੀ ਫੌਜਾਂ ਨੇ ਮੁਗਲ ਫੌਜ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਹਰਗੋਬਿੰਦਪੁਰ ਦੀ ਲੜਾਈ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ ਸੀ ਕਿਉਂਕਿ ਇਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਉਹਨਾਂ ਦੇ ਸਿੱਖਾਂ ਦੀ ਤਾਕਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਸਿੱਖ ਸਟੀਚੈਨਲ ਤੇ ਅੱਜ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ